छक्के मार रहे हैं क्या मार है भाई, ये छक्का ही है, लॉन्ग ऑन द छक्का। मेरे कवर ड्राइव बढ़िया लग रहा है मारना। कवर ड्राइव भाई पोज एक मार। अच्छा ਨਵਰਾਜ ਭਾਜੀ, ਬੱਬਲ ਭਾਜੀ ਤੇ ਬਿੰਨੂ ਭਾਜੀ। ਬੱਬਲ ਭਾਈ, ਜਿਵੇਂ ਤੁਸੀਂ ਯੋਗਰਾਜ ਸਿੰਘ ਜੀ ਤੋਂ ਟ੍ਰੇਨਿੰਗ ਲਿੱਤੀ ਹੋਈ ਹੈ, ਉਸ ਟਾਈਮ ਦੀ ਟ੍ਰੇਨਿੰਗ ਤੇ ਹੁਣ ਦੀ ਟ੍ਰੇਨਿੰਗ ਚ ਕੀ ਫਰਕ ਹੈ? ਦੇਖੋ ਜੀ, ਮੈਂ ਯੋਗ ਸਰਕਲ 2 ਸਾਲ ਅਕੈਡਮੀ ਦੇ ਵਿੱਚ ਰਿਹਾ, ਡੀ ਏ ਵੀ ਕਾਲਜ ਦੇ ਗਰਾਊਂਡ ਦੇ ਵਿੱਚ, ਹੈ ਨਾ। ਮੈਂ ਉੱਥੇ ਦਾ ਪਾਸ ਆਊਟ ਹਾਂ। ਸੋ ਉਹ ਕੰਡੀਸ਼ਨਿੰਗ ਬਹੁਤ ਜ਼ਿਆਦਾ ਕਰਾਉਂਦੇ ਸੀਗੇ, ਮਤਲਬ ਫਿਜ਼ੀਕਲ ਵਰਕ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਸੀਗੇ, ਹੈ ਨਾ। ਤਾਂ ਕਿਉਂਕਿ ਉਹ ਆਪ ਰਫ ਐਂਡ ਟਫ ਨੇ, ਹੈ ਨਾ, ਅਤੇ ਉਹਨਾਂ ਨੂੰ ਹੁੰਦਾ ਸੀਗਾ ਕਿ ਜਿਹੜੇ ਉਹਨਾਂ ਦੇ ਪਲੇਅਰ ਆ, ਜਿੱਦਾਂ ਸ਼ੋਏਬ ਅਖਤਰ ਜੀ ਦੀ ਇਗਜ਼ਾਮਪਲ ਦੇ ਗਿਆ ਸਾਨੂੰ, ਮਤਲਬ ਮੈਨੂੰ ਲੱਗਦਾ ਕਿ ਉਹਨਾਂ ਸਾਡਾ ਟਾਈਮ ਖੇਡਣ 'ਤੇ ਨਹੀਂ ਸੀ ਜਾਂਦਾ ਜਿੰਨਾ ਸਾਡਾ ਭੱਜਣ ਨੱਠਣ ਦੇ ਉੱਤੇ ਜਾਂ ਫਿਜ਼ੀਕਲ ਟ੍ਰੇਨਿੰਗ ਦੇ ਉੱਤੇ ਜਾਂਦਾ ਸੀਗਾ। ਸੋ ਇੰਨੀਆਂ ਕ੍ਰੋਸ ਕੰਟਰੀਜ਼ ਮੈਂ ਕੀਤੀਆਂ, ਮੇਰੇ ਗੋਡਿਆਂ ਦੇ ਹਲੇ ਤੱਕ ਮਾਸ ਨਹੀਂ ਆਇਆ ਹੈਗਾ। ਅਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਟ੍ਰੇਨਿੰਗ ਉਦੋਂ ਵੀ ਬਹੁਤ ਹਾਰਡ ਸੀਗੀ, ਬਟ ਬਾਕੀ ਜਿਵੇਂ ਇੰਡੀਅਨ ਟੀਮ ਦੀ ਫਿਟਨੈਸ ਲੈਵਲ ਆਪਾਂ ਹੁਣ ਦੇਖਦੇ ਹਾਂ, ਵਿਰਾਟ ਕੋਹਲੀ ਤੋਂ ਬਾਅਦ ਸਾਰਿਆਂ ਨੇ ਉਹਨੂੰ ਇਗਜ਼ਾਮਪਲ ਮੰਨ ਕੇ ਜਿੰਨਾ ਆਪਣੇ ਆਪ ਨੂੰ ਫਿੱਟ ਕੀਤਾ, ਤਾਂ ਬਹੁਤ ਵਧੀਆ ਆਪਣੀ ਟੀਮ ਸਾਰੀ ਫਿੱਟ ਹੋ ਗਈ ਐਜ਼ ਕੰਪੇਅਰ ਟੂ ਜਿਹੜੀਆਂ ਪੁਰਾਣੀਆਂ ਟੀਮਾਂ ਹੁੰਦੀਆਂ ਸੀਗੀਆਂ। ਤਾਂ ਮੈਨੂੰ ਲੱਗਦਾ ਕਿ ਬਾਕੀ ਹਰ ਸਾਲ ਅਪਡੇਟ ਹੋਈ ਜਾਂਦਾ ਜੀ, ਕੋਚਿੰਗ ਦੇ ਜਿਹੜੇ ਤਰੀਕੇ ਅਪਡੇਟ ਹੋਈ ਜਾਂਦੇ ਆ, ਉਹਨਾਂ ਦੇ ਇਹਨਾਂ ਨੂੰ ਜਿਹੜੇ ਅਸਾਈਨਮੈਂਟ ਮਿਲਦੇ ਆ। ਹਾਂਜੀ ਹਾਂਜੀ ਹਾਂ, ਟੈਕਨੋਲੋਜੀ ਓਬਵੀਅਸਲੀ ਬਹੁਤ, ਕੈਮਰਾ ਕਿੰਨਾ ਯੂਜ਼ ਹੋਣ ਲੱਗ ਗਿਆ ਜੀ ਥਰਡ ਅੰਪਾਇਰ ਦੇ ਤੌਰ 'ਤੇ, ਜਿੱਦਾਂ ਹਰ ਇੱਕ ਉਹਦੇ ਖੇਤਰ ਦੇ ਵਿੱਚ। ਸੋ ਅਪਡੇਟ ਤਾਂ ਹੋਈ ਹੋਈ ਹੈ ਜੀ। ਪਰ ਕ੍ਰਿਕਟ ਦਾ ਸਭ ਤੋਂ ਫੇਵਰੇਟ ਮੂਮੈਂਟ ਤੁਹਾਡੇ ਤਿੰਨਾਂ ਦਾ? ਜਦੋਂ ਮੈਂ ਗਰਾਊਂਡ ਦੇ ਵਿੱਚ ਬਾਲ ਕਰਦਾ ਹੁੰਦਾ ਨਾ, ਇੱਕ ਤਾਂ ਉਹ ਬਹੁਤ ਵਧੀਆ ਲੱਗਦਾ ਮੈਨੂੰ ਆਪਦੇ, ਜਦੋਂ ਮੈਂ ਪਲੇਬੈਕ ਤਿੰਨ ਟੱਪੇ ਪੈ ਕੇ ਚਾਹੀਦੀ ਜਾਵੇ ਬਾਲ, ਪਰ ਵਿਕਟ ਲੈ ਕੇ ਮੁੜਦੀ, ਕਿਉਂਕਿ ਮੈਂ ਤਾਂ, ਕਿਉਂਕਿ ਤੁਸੀਂ ਰਮਾਇਣ ਮਹਾਭਾਰਤ ਦੇਖਦੇ ਰਹੋ, ਤੀਰ ਜਿਉਂ ਛੱਡਤਾ ਉੱਤੇ ਬੋਲ ਕੇ ਵੀ ਫਲਾਣੇ ਦੇ ਵੱਜ ਕੇ ਮੁੜੀ, ਉਵੇਂ ਵਾਲਾ ਕੰਮ ਹੈ ਮੇਰਾ ਤਾਂ। ਵਿਕਟ ਲੈ ਕੇ ਬਾਲ ਨੂੰ ਜਦੋਂ ਕਹਿੰਦਾ ਬਾਲ ਵੀ ਚੱਲ ਵਿਕਟ ਲੈ ਕੇ ਮੁੜਨਾ ਮੱਥਾ ਟੇਕ ਕੇ, ਬਸ ਉਹਨੇ ਵਿਕਟ ਲੈ ਕੇ ਮੁੜਨਾ ਪਿੱਛੇ ਪਿੱਛੇ। ਸਾਡੀ ਸੀ ਸੀ ਐਲ ਦੇ ਵਿੱਚੋਂ ਜੀ, ਮੈਨੂੰ ਲੱਗਦਾ ਕਿ ਹਰ ਇੱਕ ਪਾਲੀ ਮੇਰੇ ਲਈ ਤਾਂ ਬਹੁਤ ਯਾਦਗਾਰ ਸੀਗਾ, ਖਾਸ ਕਰਕੇ ਜਿਹੜਾ ਪਹਿਲਾ ਮੈਚ ਸੀਗਾ ਅਸੀਂ ਜਿਹੜਾ ਬੰਗਲੌਰ ਖੇਡਿਆ ਸੀਗਾ ਚਿੰਨਾ ਸਵਾਮੀ, ਉਹ ਇੰਟਰਨੈਸ਼ਨਲ ਸਟੇਡੀਅਮ ਸੀਗਾ, ਕਲਰਸ ਟੀਵੀ ਦੇ, ਨੈਸ਼ਨਲ ਟੀਵੀ ਦੇ ਲਾਈਵ ਸੀਗਾ, ਹੈ ਨਾ ਜੀ। ਅਤੇ ਬਾਲੀਵੁੱਡ ਦੇ ਸਟਾਰਸ ਨੂੰ ਆਪਾਂ ਜ਼ਿਆਦਾ ਜਿਵੇਂ ਫੋਲੋ ਕਰਦੇ ਰਹੇ, ਤਾਂ ਉਹਨਾਂ ਨਾਲ ਖੇਡਣਾ ਬਹੁਤ ਵਧੀਆ ਸੀਗਾ। ਮੈਂ ਬੌਬੀ ਦਿਓਲ ਨੂੰ ਚੌਕਾ ਮਾਰਿਆ ਮੈਨੂੰ ਯਾਦ ਆ, ਤਾਂ ਉਹ ਮੈਨੂੰ, ਮੈਂ ਯੂਟਿਊਬ 'ਤੇ ਹੁਣ ਵੀ ਦੇਖ ਲੈਂਦਾ ਕਈ ਵਾਰੀ ਕੱਢ ਕੇ ਵੀ ਯਾਰ, ਹੈ ਨਾ। ਸੋ ਮੈਨੂੰ ਲੱਗਦਾ ਜਦੋਂ ਸਾਡਾ ਲਾਂਚ ਮੈਚ ਸੀਗਾ ਨਾ, ਉਹਦੇ 'ਚ ਮੈਂ ਪਹਿਲੀ ਬਾਲ ਉਹਨੇ ਮੇਰੇ ਇੱਥੇ ਥਾਈ 'ਤੇ ਮਾਰੀ ਸੀ, ਬਹੁਤ ਜ਼ੋਰ 'ਤੇ ਲੱਗੀ ਸੀ, ਤਾਂ ਉਹਨੇ ਫਿਰ ਮੈਨੂੰ ਥੋੜ੍ਹਾ ਰਿਐਕਸ਼ਨ ਜਿਹਾ ਦਿੱਤੇ, ਜਿੱਦਾਂ ਇੱਦਾਂ ਕੁਛ ਕਰਕੇ, ਹੈ ਨਾ। ਫਿਰ ਮੈਂ ਉਹਨੂੰ ਅਗਲੀਆਂ 5 ਬਾਲਾਂ 'ਤੇ ਬਾਹਰ ਮਾਰਿਆ ਸੀ ਚੱਕ ਕੇ, ਤਾਂ ਉਹ ਮੈਨੂੰ ਲੱਗਦਾ ਮੇਰਾ ਫੇਵਰੇਟ, ਉਹਨੂੰ 5 ਛੱਕੇ ਮਾਰੇ ਸੀ, ਉਹ ਬਹੁਤ ਘੈਂਟ ਮੂਮੈਂਟ ਸੀ। ਯੈਸ 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 ਭਾਈ, ਜਿਵੇਂ ਤੁਸੀਂ ਸਾਰੇ ਨੇ ਫਿਲਮ ਪੰਜਾਬੀ ਇੰਡਸਟਰੀ, ਸਿੰਗਿੰਗ ਇੰਡਸਟਰੀ ਜਿੰਨਾ ਨਾਮ ਕੀਤਾ ਹੋਇਆ, ਹੁਣ ਕ੍ਰਿਕਟ ਇੰਡਸਟਰੀ 'ਚ ਆਪਾਂ ਤੁਹਾਡੇ ਤੋਂ ਕੀ ਐਕਸਪੈਕਟ ਕਰ ਸਕਦੇ ਹਾਂ? ਇਹੀ ਕਿ ਅਸੀਂ ਇੰਨਾ ਵਧੀਆ ਨਾ ਖੇਡੀਏ ਕਿ ਸਾਨੂੰ ਵਰਲਡ ਕੱਪ ਲਈ ਕਿਡਨੈਪ ਕਰਕੇ ਲੈ ਕੇ ਜਾਣ। ਨਹੀਂ, ਅਸੀਂ ਆਪਣੇ ਆਪ ਨੂੰ ਇੰਜੋਏ ਕਰਾਂਗੇ ਜੀ ਔਨ ਫੀਲਡ, ਅਤੇ ਅਸੀਂ ਚਾਹਾਂਗੇ ਕਿ ਜਿੰਨੇ ਦਰਸ਼ਕ ਉਹ ਵੀ ਦੇਖ ਕੇ ਇੰਜੋਏ ਕਰਨ, ਕਿ ਉਹਨਾਂ ਦੇ ਜਿਹੜੇ ਫੇਵਰੇਟ ਸੈਲੀਬ੍ਰਿਟੀਜ਼ ਆ ਵੱਖਰੇ ਰੂਪ ਦੇ ਵਿੱਚ, ਉਹਨਾਂ ਨੂੰ ਦੇਖਣਗੇ। ਜਿੱਦਾਂ ਵੀਰੇ ਨੇ ਕਿਹਾ ਕਿ ਕਿੱਦਾਂ ਤੁਹਾਡੀ ਬਾਡੀ ਲੈਂਗੁਏਜ ਹੋਊਗੀ ਗਰਾਊਂਡ ਦੇ ਉੱਤੇ, ਕਿੱਦਾਂ ਤੁਸੀਂ ਰਿਐਕਟ ਕਰਦੇ ਹੋ ਹਾਰ ਨੂੰ, ਜਿੱਤ ਨੂੰ, ਹੈ ਨਾ, ਜਾਂ ਕਿੱਦਾਂ ਤੁਸੀਂ ਸੈਲੀਬ੍ਰੇਟ ਕਰਦੇ ਹੋ, ਉਹ ਚੀਜ਼ਾਂ ਤੁਹਾਡਾ ਕਰੈਕਟਰ ਸ਼ੋਅ ਕਰਦੀਆਂ, ਤਾਂ ਤੁਹਾਨੂੰ ਜਿਹੜੇ ਲੋਕ ਤੁਹਾਨੂੰ ਫੋਲੋ ਕਰਦੇ, ਤੁਹਾਨੂੰ ਪਿਆਰ ਕਰਦੇ, ਉਹਨਾਂ ਨੂੰ ਤੁਹਾਡੇ ਬਾਰੇ ਹੋਰ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਜਿਵੇਂ ਭਾਈ ਸਾਨੂੰ ਪਤਾ ਚੱਲਿਆ ਸੀ, ਬਿੰਨੂ ਭਾਈ ਨੂੰ ਹੋਲੀ ਵੇਲੇ ਕੋਈ ਫੜ ਨਹੀਂ ਪਾਉਂਦਾ ਸੀ, ਉਹ ਸਾਰਿਆਂ ਨੂੰ ਰੰਗ ਲਗਾ ਕੇ ਭੱਜ ਜਾਂਦਾ ਸੀ, ਇਹਨਾਂ ਨੂੰ ਕੋਈ ਨਾ ਰੰਗ ਲਗਾ ਪਾਉਂਦਾ ਸੀ ਨਾ ਪਾਣੀ ਸੁੱਟ ਪਾਉਂਦਾ ਸੀ, ਇਹ ਕੀ ਗੱਲ ਹੈ? ਨਹੀਂ, ਇਹ ਤੁਸੀਂ ਕਿੱਥੋਂ ਸੁਣਿਆ? ਟੈਲੈਂਟ ਹੈ ਜੀ ਭਾਈ, ਆਉਣ ਤੋਂ ਪਹਿਲਾਂ ਇਹ ਤਾਂ ਭੱਜਣ ਦਾ ਟੈਲੈਂਟ ਹੈ, ਜਦੋਂ ਮੌਕਾ ਦੇ ਕੇ ਭੱਜੋ, ਜਿਵੇਂ ਆਪਣੇ ਹੈਗੇ ਜੀ ਵਕਤ ਬਚਾਰੇ ਸੋ ਬੰਦਾ ਹੋਏ, ਕਦੋਂ ਤੁਹਾਨੂੰ ਜਿਹੜੀ 'ਚ ਕੋਈ ਚੀਜ਼ ਵਧੀਆ ਨਹੀਂ ਲੱਗ ਰਹੀ ਨਾ, ਤਾਂ ਉਦੋਂ ਤੁਸੀਂ ਆਪਣਾ ਥੋੜ੍ਹਾ ਜਿਹਾ ਵਕਤ ਬਚਾਰ ਲਓ ਬਸ। ਭਾਈ, ਤੁਹਾਡੇ ਤਿੰਨਾਂ ਦਾ ਕੋਈ ਥਾਪੀ ਮੂਵਮੈਂਟ ਸਪੈਸ਼ਲ ਜੋ ਸਾਰਿਆਂ ਦਾ ਹੁੰਦਾ? ਥਾਪੀ ਮੂਵਮੈਂਟ ਮਤਲਬ ਪਿੱਛੇ ਮੈਚਾਂ ਦੇ ਵਿੱਚ ਹੋ ਚੁੱਕਿਆ ਜਾਂ ਨਹੀਂ ਬਚਪਨ ਦਾ ਕੋਈ ਥਾਪੀ ਮੂਵਮੈਂਟ, ਥਾਪੀ ਨਾਲ ਜਿਵੇਂ ਸਾਰੇ ਖੇਡਦੇ ਸੀਗੇ? ਅੱਛਾ, ਥਾਪੀ ਮੂਵਮੈਂਟ, ਮੈਂ ਕਿਤੇ ਇਦਾਂ ਵਾਲੀ ਥਾਪੀ ਮੂਵਮੈਂਟ ਮੈਂ, ਹਾਂ ਮੇਰੇ ਆਹ ਥਾਪੀ ਮੂਵਮੈਂਟ ਤਾਂ ਹੈਗੀ ਹੈਗੀ, ਥਾਪੀਆਂ ਤਾਂ ਸੋਚਣ ਡਿਆ ਇਦਾਂ ਵਾਲੀਆਂ ਮੈਂ ਖੇਡਦਾ ਰਹੀ ਥਾਪੀ ਨਾਲ ਬਹੁਤ। ਮੈਂ ਮੇਰੇ ਭੂਆ ਜੀ ਹੁਣੀ ਨਾ ਇੱਕ ਗੋਲਫ ਦੀ ਬਾਲ, ਮੈਨੂੰ ਤਾਂ ਪਤਾ ਵੀ ਨਹੀਂ ਸੁਣਦਾ ਕਿ ਗੋਲਫ ਦੀ ਬਾਲ ਡਿਫਰੈਂਟ ਹੁੰਦੀ ਆ, ਉਹਦੇ ਨਾਲ ਮੈਂ ਮੇਰੇ ਦਾਦੀ ਜੀ ਨੂੰ ਕਿਹਾ ਕਿ ਮੈਂ ਛੋਟਾ ਹੁੰਦਾ ਸੀਗਾ, ਉਹਨਾਂ ਨੇ ਰੁੜ ਕੇ ਮੈਨੂੰ ਬਾਲ ਸਿੱਟੀ ਅਤੇ ਥਾਪੀ ਨਾਲ ਮਾਰ ਕੇ ਮੈਂਉਹਨਾਂ ਦਾ ਗਿੱਟਾ ਕੱਢਤਾ ਸੀ। ਸੋ ਮਤਲਬ ਬਾਲਾ, ਹਾਂ ਬੈਡ ਬੋਆਏ, ਥਾਪੀ ਮੂਵਮੈਂਟ ਮੇਰਾ ਥੋੜ੍ਹਾ ਗਲਤ ਆ। ਅੱਜ ਤੱਕ ਕਿਹਦਾ ਕਿਹਦਾ ਭਾਰੀ ਸਿਰ ਪਾੜਿਆ ਤੁਸੀਂ ਕ੍ਰਿਕਟ ਖੇਡਦੇ ਹੋ? ਸੱਚੀ ਦੱਸਿਓ। ਇਹ ਤਾਂ ਖੇਡਣ ਦੇ ਵਿੱਚ ਤਾਂ ਵੀਰੇ ਕੋਈ ਇਹਦਾ ਸ਼ੀਸ਼ੇ ਸ਼ੂਸ਼ੇ ਤੋੜੇ ਹੋਣੇ ਕੁਛ, ਤਾਂ ਇੱਦਾਂ ਦਾ ਕਿਸਾ? ਦੇਖੋ ਜੀ, ਇੱਥੇ ਵੀ ਬਾਲ ਲੱਗੀ ਹੋਈ, ਇੱਥੇ ਵੀ ਬਾਲ ਲੱਗੀ ਹੋਈ, ਆਹ ਫੀਲਡਿੰਗ ਕਰਦੇ ਤੇ ਸਾਡੇ ਗਰਾਊਂਡ 'ਚ ਰੋੜੀ ਤੋਂ ਬੁੜਕ ਕੇ ਇੱਥੇ ਲੱਗੀ ਸੀਗੀ ਇੱਕ ਵਾਰੀ। ਤੁਹਾਡਾ ਭਾਜੀ? ਸਾਡਾ, ਮੈਂ ਯਾਦ ਹੈ ਜੀ, ਅਸੀਂ ਯੂਨੀਵਰਸਿਟੀ, ਮੈਂ ਅਸੀਂ ਪਲਾਸਟਿਕ ਦੀ ਬਾਲ ਨਾਲ ਜਿਹੜੀ ਹੈਵੀ ਬਾਲ ਹੁੰਦੀ ਆ ਉਹਦੇ ਨਾਲ ਖੇਡਦੇ ਸੀ ਕ੍ਰਿਕਟ, ਤਾਂ ਸਾਡਾ ਫਰੈਂਡ ਸੀਗਾ ਉਹਨਾਂ ਵੇਲੇ 'ਚ SHO ਸੀਗੇ, ਉਹ ਇੰਸਪੈਕਟਰ ਲੱਗੇ ਹੋਏ, ਤਾਂ ਨਾਲ ਜਿਪਸੀਆਂ, ਥੋੜ੍ਹਾ ਜਿਹਾ ਵਕਤ ਵੀ ਇੱਦਾਂ ਦਾ ਸੀਗਾ, ਬੜਾ ਪੁਲਿਸ ਦਾ ਸੀਗਾ
ਅਤੇ ਉਹ ਜਦੋਂ ਆਏ ਨਾਲ ਗੰਨਮੈਨ ਕਿੰਨੇ ਸਾਰੇ ਉੱਤਰੇ ਫਟਾਫਟ ਜਿਪਸੀ 'ਚੋਂ ਆਏ ਉਹ ਕਿਉਂਕਿ ਮੇਰੇ ਫਰੈਂਡ ਸੀਗੇ ਤਾਂ ਕਹਿੰਦੇ ਲੈ ਯਾਰ ਮੈਨੂੰ ਵੀ ਫਟਾਫਟ ਓਵਰ ਕਰਾ ਮੈਨੂੰ ਇੱਕ ਫਟਾਫਟ ਦੋ ਚਾਰ ਬਾਲਾਂ ਖੜਾ ਮੈਂ ਚੱਲਿਆ ਵਰਦੀ ਪਾਈ ਹੋਈ ਨਾਲ ਗੰਨਮੈਨ ਵਾਲੇ ਵਾਲੇ AK-47 ਲਈ ਖੜੇ ਅਤੇ ਨਾਲ ਹੀ ਉੱਧਰੋਂ ਬਾਲ ਕਰਾਈ ਪਹਿਲੀ ਬਾਲ ਹੀ ਉਹਨਾਂ ਦੇ ਪਲਾਸਟਿਕ ਵਾਲੀ ਇੱਥੇ ਵੱਜੀ ਨਾਲ ਹੀ ਖੂਨੋ ਖੂਨ ਨਾਲ ਹੀ ਪੈਕ ਕਰਕੇ ਤੋਰ ਕੇ ਗਏ ਸੱਟ ਬਹੁਤ ਭੈੜੀ ਮਾਰ ਬਹੁਤ ਭੈੜੀ ਸਾਹਿਬ ਭਾਅ ਜੀ ਕੋਈ ਇੱਕ ਸਪੈਸ਼ਲ ਸ਼ਾਟ ਜੋ ਤੁਹਾਨੂੰ ਤਿੰਨਾਂ ਨੂੰ ਪਸੰਦ ਹੈ ਅਤੇ ਉਹ ਕਰਕੇ ਦਿਖਾਉਣੇ ਤੁਸੀਂ ਬਸ ਇੱਕ ਪੋਜ਼ ਦੇਣਾ ਬਸ ਦੱਸੋ ਜੀ ਤੁਹਾਡਾ ਫੇਵਰੇਟ ਹੈ ਤਾਂ ਵੀਰਾ ਸਿੱਧੇ ਛਿੱਕੇ ਮਾਰਦਾ ਜੀ ਕਿਆ ਬਾਤ ਹੈ ਭਾਅ ਜੀ ਇਹ ਛਿੱਕਾ ਹੀ ਹੈ ਲੌਂਗ ਆਉਂਦਾ ਛਿੱਕਾ ਤੁਹਾਡਾ ਮੈਨੂੰ ਕਵਰ ਡਰਾਈਵ ਵਧੀਆ ਲੱਗਦਾ ਜੀ ਮਾਰਨਾ ਕਵਰ ਡਰਾਈਵ ਭਾਅ ਜੀ ਪੋਜ਼ ਇੱਕ ਮਾਰ ਅੱਛਾ ਜਿੱਥੇ ਪੂਰੇ ਵਿਕਟ ਦੇ ਇੱਦਾਂ ਹੱਥ ਚੱਕ ਕੇ ਕਿ ਨਹੀਂ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੀ ਬਹੁਤ ਵੱਡੀ ਚੀਜ਼ ਹੋਣ ਜਾ ਰਹੀ ਹੈ ਆਪਣੇ ਸ਼ਹਿਰ ਚੰਡੀਗੜ੍ਹ ਦੇ ਵਿੱਚ ਸੋ ਤੁਸੀਂ ਦੂਰੋਂ ਨੇੜਿਓ ਜਿੱਥੋਂ ਵੀ ਚੱਲ ਕੇ ਆ ਸਕਦੇ ਹੋ ਆਇਓ ਅਦਰਵਾਈਜ਼ ਸਾਨੂੰ ਤੁਸੀਂ ਟੀ ਵੀ ਦੇ ਉੱਤੇ ਦੇਖ ਸਕਦੇ ਹੋ ਸੋਨੀ ਟੀ ਵੀ ਦੇ ਉੱਤੇ ਉਹ ਸੋਰੀ ਹੱਥ ਚੱਕ ਕੇ ਕਹਿਣਾ ਹੁੰਦਾ ਅਪੀਲ ਕਰ ਰਹੇ ਹੁੰਦੇ ਸੋ ਅੰਪਾਇਰ ਸਾਹਿਬ ਇਸ ਵਾਰੀ CCL 10-10 ਓਵਰਾਂ ਦਾ ਹੋ ਰਿਹਾ ਸੋ ਐਕਸ਼ਨ ਆ ਜਿਹੜਾ ਹੋਰ ਵੀ ਧਮਾਕੇਦਾਰ ਹੋਣ ਜਾ ਰਿਹਾ ਸੋ ਆਪਣੇ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਸਾਰੀਆਂ ਟੀਮਾਂ ਇੱਥੇ ਆ ਕੇ ਖੇਡਣਗੀਆਂ ਸੋ ਤੁਹਾਡੇ ਜਿਹੜੇ ਫੇਵਰੇਟ ਜਿੰਨੇ ਵੀ ਸੈਲੀਬ੍ਰਿਟੀਜ਼ ਆ ਤੁਸੀਂ ਉਹਨਾਂ ਨੂੰ ਇੱਕ ਨਵੇਂ ਅਤੇ ਵੱਖਰੇ ਰੂਪ ਦੇ ਵਿੱਚ ਦੇਖੋਗੇ ਸੋ ਤੁਸੀਂ ਜ਼ਰੂਰ ਆਇਓ ਤੁਹਾਡੀ ਸਪੋਰਟ ਦੀ ਅਤੇ ਸ਼ੋਭੇ ਸ਼ਾਮਾਂ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਪੰਜਾਬ ਦੇ ਸ਼ਹਿਰਾਂ ਨੂੰ ਸਪੋਰਟ ਕਰਨੀ ਠੋਕ ਕੇ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਨਵਰਾਜ ਹੰਸ ਅਤੇ ਸਿੰਘ ਔਨਲਾਈਨ ਵਾਲੇ ਆਪਣੇ ਬੰਦੇ